ਸਤਿਕਾਰ ਕੀ ਹਾਲ ਚਾਲ ਦੋਸਤੋ ਵਧੀਆ ਸਾਰੇ ਜੀ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਮੇਰੇ ਨਾਲ ਰਣਜੋਤ ਸਿੰਘ ਆ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਹਾਂਜੀ ਦੋਸਤੋ ਅੱਜ ਆਪਾਂ ਫਿਰ ਇੱਕ ਵਾਰ ਗੱਲ ਕਰਾਂਗੇ ਨਿਊਜ਼ੀਲੈਂਡ ਬਾਰੇ ਨਿਊਜ਼ੀਲੈਂਡ ਵੀਜ਼ਾ ਕਿਵੇਂ ਜਿਹੜਾ ਹੈ ਉਹ ਅਪਲਾਈ ਕਰਨਾ ਹੈ ਔਰ ਉਹਦੇ ਵਾਸਤੇ ਕੀ ਕੀ ਡਾਕੂਮੈਂਟ ਚਾਹੀਦੇ ਨੇ ਔਰ ਅਗਰ ਤੁਸੀਂ ਵੀਜ਼ਾ ਅਪਲਾਈ ਕਰਨਾ ਹੈ ਤਾਂ ਮੈਂ ਤੁਹਾਡੀ ਹੈਲਪ ਕਰ ਸਕਦਾ ਅੱਜ ਇਸੇ ਟੌਪਿਕ ਬਾਰੇ ਆਪਾਂ ਜਿਹੜਾ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਸੋ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਸਾਰੇ ਭਰਾਵਾਂ ਨੂੰ ਇੱਕ ਰਿਕੁਐਸਟ ਹੁੰਦੀ ਹੈ ਜਿਹੜਾ ਬਾਈ ਚੈਨਲ 'ਤੇ ਨਵਾਂ ਹੈ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਏ ਕਿਉਂਕਿ ਇਸ ਚੈਨਲ 'ਤੇ ਤੁਹਾਨੂੰ ਟਰੈਵਲ ਰੂਲ ਟਰੈਵਲ ਟਿਪਸ ਵੀਜ਼ਾ ਇਨਫੋਰਮੇਸ਼ਨ ਵੀਜ਼ਾ ਡਾਕੂਮੈਂਟਸ ਈ ਵੀਜ਼ੇ ਕਿਵੇਂ ਫਿਲ ਕੀਤੇ ਜਾਂਦੇ ਨੇ ਔਰ ਵਰਕ ਪਰਮਿਟ ਔਰ ਅੱਗੇ ਜੋਬਸ ਵੀ ਮੈਂ ਲੈ ਕੇ ਆਉਂਦਾ ਸੋ ਵੀਡੀਓ ਨੂੰ ਸਟਾਰਟ ਕਰਨੇ ਹਾਂ ਬਾਈ ਜੀ ਹਾਂਜੀ ਦੋਸਤੋ ਕੀ ਹਾਲ ਚਾਲ ਜੀ ਸਾਰਿਆਂ ਦੇ ਦੋਸਤੋ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਅਗਰ ਤੁਸੀਂ ਨਿਊਜ਼ੀਲੈਂਡ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਮੈਂ ਜਿਹੜਾ ਆਪਣਾ ਵੀਜ਼ਾ ਲਿਆ ਸੀ ਖੁਦ ਅਪਲਾਈ ਕੀਤਾ ਸੀਗਾ ਖੁਦ ਜਿਹੜੀ ਮੈਂ ਆਪਣੀ ਪ੍ਰੋਫਾਈਲ ਬਣਾਈ ਸੀਗੀ ਦੋਸਤੋ ਔਰ ਖੁਦ ਹੀ ਜਿਹੜਾ ਮੈਂ ਔਨਲਾਈਨ ਉਹਨੂੰ ਫਿਲ ਕੀਤਾ ਸੀਗਾ ਦੋਸਤੋ ਮੈਂ ਤੁਹਾਡੇ ਵਾਸਤੇ ਇੱਕ ਛੋਟੀ ਜਿਹੀ ਔਫਰ ਲੈ ਕੇ ਆਇਆ ਜੇ ਅਗਰ ਕੋਈ ਬਾਈ ਨਿਊਜ਼ੀਲੈਂਡ ਦਾ ਵੀਜ਼ਾ ਅਪਲਾਈ ਕਰਨਾ ਚਾਹੁੰਦਾ ਹੈ ਤਾਂ ਉਹ ਮੇਰੀ ਜਿਹੜੀ ਹੈ ਹੈਲਪ ਲੈ ਸਕਦਾ ਹੈ ਔਰ ਇਸ ਹੈਲਪ ਦੇ ਅਗੇਂਸਟ ਮੈਂ ਤੁਹਾਡੇ ਕੋਲੋਂ ਫਿਨੋਮੀਨਲ ਚਾਰਜ ਦੇ ਨਾਲ ਹੀ ਨਿਊਜ਼ੀਲੈਂਡ ਦਾ ਵੀਜ਼ਾ ਜਿਹੜਾ ਦੋਸਤੋ ਅਪਲਾਈ ਕਰਾਂਗਾ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬਹੁਤ ਹੀ ਫਿਨੋਮੀਨਲ ਜਿਹੜਾ ਹੈਗਾ ਉਹ ਚਾਰਜਿਸ ਦੇ ਵਿੱਚ ਵੀਜ਼ਾ ਅਪਲਾਈ ਕਰਤਾ ਜਾਵੇ ਤਾਂ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਇੰਸਟਾ 'ਤੇ ਆ ਸਕਦੇ ਹੋ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਦੋਸਤੋ ਉਸਦੇ ਵਾਸਤੇ ਆਪਾਂ ਨੇ ਜਿਹੜਾ ਹੈਗਾ ਨਾ ਬਹੁਤ ਹੀ ਵਧੀਆ ਜਿਹੜਾ ਇੱਕ ਹਿਸਾਬ ਕਿਤਾਬ ਕੀਤਾ ਹੈਗਾ ਅਗਰ ਬਈ ਜਿਹੜਾ ਕਿਹੜਾ ਜਿਹੜਾ ਬਾਈ ਜਿਹੜਾ ਹੈ ਜਿਹੜਾ ਵੀ ਵੀਜ਼ਾ ਅਪਲਾਈ ਕਰਨਾ ਚਾਹੁੰਦਾ ਹੈਗਾ ਉਹ ਇੰਸਟਾ 'ਤੇ ਆਏ ਔਰ ਮੇਰੇ ਨਾਲ ਗੱਲ ਕਰੇ ਉਹਦੇ ਸਾਰੇ ਪੇਪਰ ਜਿਹੜੇ ਨੇ ਉਹ ਮੈਂ ਖੁਦ ਤਿਆਰ ਕਰਾਂਗਾ ਹਰ ਇੱਕ ਦੀ ਪ੍ਰੋਫਾਈਲ ਸੇਮ ਨਹੀਂ ਹੁੰਦੀ ਹੈ ਦੋਸਤੋ ਸੋ ਇਸ ਕਰਕੇ ਜਿਹੜਾ ਉਹ ਪ੍ਰੋਫਾਈਲ ਜਿਹੜੀ ਹੈ ਉਹ ਵੱਖਰੀ ਹੋ ਸਕਦੀ ਹੈ ਉਸਦੇ ਅਕੋਰਡਿੰਗ ਜਿਹੜਾ ਕਵਰ ਲੈਟਰ ਬਣਦਾ ਹੈ ਬੰਦੇ ਦੀ ਕਿੰਨੇ ਦਿਨ ਦਾ ਟਰੈਵਲ ਉਹ ਪਲਾਨ ਕਰ ਰਿਹਾ ਉਸਦੇ ਅਕੋਰਡਿੰਗ ਜਿਹੜਾ ਉਹਦੀ ਆਈਟਨਰੀ ਬਣਦੀ ਹੈਗੀ ਹੈ ਦੋਸਤੋ ਬੰਦਾ ਜਿਹੜਾ ਹੈਗਾ ਉਹਦੀ ਕੀ ਪ੍ਰੋਫਾਈਲ ਹੈ ਉਹਦੀ ਜੋਬ ਪ੍ਰੋਫਾਈਲ ਕੀ ਹੈਗੀ ਹੈ ਉਹਦਾ ਬਿਜ਼ਨਸ ਕੀ ਹੈ ਉਹਦੇ ਅਕੋਰਡਿੰਗ ਜਿਹੜਾ ਹੈਗਾ ਦੋਸਤੋ ਜਿਹੜੀ ਹੈ ਪ੍ਰੋਫਾਈਲ ਬਣਦੀ ਹੈਗੀ ਹੈ ਉਹ ਸਾਰਾ ਕੁਝ ਜਿਹੜਾ ਦੋਸਤੋ ਮੈਂ ਕਰਾਂਗਾ ਮੈਨੂੰ ਨੋਰਮਲੀ ਜਿਹੜੇ ਡਾਕੂਮੈਂਟਸ ਹੈਗੇ ਨੇ ਤੁਹਾਡੇ ਉਹੀ ਡਾਕੂਮੈਂਟ ਚਾਹੀਦੇ ਨੇ ਤੁਹਾਡਾ ਪਾਸਪੋਰਟ ਤੁਹਾਡੀ ਫੋਟੋ ਤੁਹਾਡੀ ਬੈਂਕ ਸਟੇਟਮੈਂਟ ਤੁਹਾਡੀ ITR ਠੀਕ ਹੈ ਜੀ ਤੁਹਾਡਾ ਜਿਹੜਾ ਵੈਕਸੀਨੇਸ਼ਨ ਸਰਟੀਫਿਕੇਟ ਇਹ ਕੁਝ ਡਾਕੂਮੈਂਟਸ ਹੈਗੇ ਨੇ ਜਿਹੜੇ ਦੋਸਤੋ ਮੈਂ ਜਿਹੜਾ ਹੈਗਾ ਤੁਹਾਡੇ ਕੋਲ ਲਵਾਂਗਾ ਉਸ ਤੋਂ ਇਲਾਵਾ ਕਵਰ ਲੈਟਰ ਟਰੈਵਲ ਆਈਟਨਰੀ ਠੀਕ ਹੈ ਜੀ ਫਲਾਈਟ ਟਿਕਟਸ ਹੋਟਲ ਬੁਕਿੰਗ ਔਨਲਾਈਨ ਐਪਲੀਕੇਸ਼ਨ ਇਹ ਸਾਰੀ ਚੀਜ਼ਾਂ ਦੋਸਤੋ ਜਿਹੜੀਆਂ ਹੈਗੀਆਂ ਨੇ ਉਹ ਮੈਂ ਜਿਹੜੀਆਂ ਖੁਦ ਕਰਾਂਗਾ ਠੀਕ ਹੈ ਜੀ ਉਹ ਮੈਂ ਖੁਦ ਅਪਲਾਈ ਕਰਾਂਗਾ ਤੁਹਾਡਾ ਵੀਜ਼ਾ ਬਹੁਤ ਹੀ ਫਿਨੋਮੀਨਲ ਰੇਟ ਦੇ ਵਿੱਚ ਜਿਹੜਾ ਮੈਂ ਵੀਜ਼ਾ ਅਪਲਾਈ ਕਰਾਂਗਾ ਸਿਰਫ 20,000 ਰੁਪਏ ਦੇ ਵਿੱਚ ਦੋਸਤੋ ਮੈਂ ਜਿਹੜਾ ਤੁਹਾਡਾ ਇਹ ਵੀਜ਼ਾ ਅਪਲਾਈ ਕਰਾਂਗਾ 13,000 ਸਮਥਿੰਗ ਜਿਹੜੀ ਹੈ ਨਾ ਦੋਸਤੋ ਇਹਦੀ ਫੀਸ ਲੱਗ ਜਾਂਦੀ ਹੈ 13,000 ਦੇ ਆਸ ਪਾਸ ਇਹਦੀ ਫੀਸ ਲੱਗ ਜਾਂਦੀ ਹੈ ਟੋਟਲ ਔਰ ਦੋਸਤੋ ਕਿਉਂਕਿ ਅਗਰ ਤੁਸੀਂ ਸਾਰੀ ਚੀਜ਼ਾਂ ਕਰਦੇ ਹੋ ਨਾ ਜਦੋਂ ਸਾਰਾ ਕੁਛ ਸਕੈਨ ਵਗੈਰਾ ਕਰਾਉਂਦੇ ਹੋ ਸਾਰੀ ਚੀਜ਼ਾਂ ਕਰਦੇ ਹੋ ਨਾ ਦੋਸਤੋ ਇਹ ਸਾਰੀ ਪ੍ਰੋਫਾਈਲ ਤਿਆਰ ਕਰਨ ਦੇ ਵਿੱਚ ਦੋਸਤੋ ਠੀਕ ਹੈ ਬਾਈ ਜੀ ਇਹ ਰੇਟ ਜਿਹੜਾ ਹੈ ਨਾ ਇਹ ਮੈਂ ਬਾਕੀ ਸਾਰੀ ਜਗ੍ਹਾ 'ਤੇ ਪਤਾ ਕੀਤਾ ਵਾ ਬਹੁਤ ਹੀ ਜ਼ਿਆਦਾ ਰੇਟ ਹੈਗਾ ਪੰਜਾਬ ਦੇ ਵਿੱਚ ਅਤੇ ਬਹੁਤ ਹੀ ਕੋਸਟਲੀ ਹੈਗਾ ਨਿਊਜ਼ੀਲੈਂਡ ਦਾ ਵੀਜ਼ਾ ਜਿਹੜਾ ਉਹ ਅਪਲਾਈ ਕਰਨਾ ਲਈ ਘੱਟੋ ਘੱਟ 30 ਤੋਂ 40,000 ਰੁਪਏ ਜਿਹੜਾ ਫਾਈਲਿੰਗ ਦਾ ਲੈ ਲੈਂਦੇ ਨੇਗੇ ਦਿੱਲੀ ਦੇ ਵਿੱਚ ਇਹ ਫਾਈਲਿੰਗ ਰੇਟ ਥੋੜ੍ਹਾ ਜਿਹਾ ਘੱਟ ਹੈਗਾ ਦਿੱਲੀ ਤੋਂ ਅਗਰ ਤੁਸੀਂ ਅਪਲਾਈ ਕਰਵਾਉਂਦੇ ਹੋ ਕਿਸੇ ਵੀ ਏਜੰਟ ਤੋਂ ਜ਼ਰੂਰੀ ਨਹੀਂ ਹੈ ਤੁਸੀਂ ਮੇਰੇ ਤੋਂ ਕਰਾਓ ਤੁਸੀਂ ਠੀਕ ਹੈ ਤੁਸੀਂ ਕਿਸੇ ਤੋਂ ਵੀ ਜਿਹੜਾ ਵੀਜ਼ਾ ਅਪਲਾਈ ਕਰਵਾ ਸਕਦੇ ਹੋ ਹਾਂ ਮਗਰ ਅੱਜ ਕੱਲ੍ਹ ਜਿਹੜਾ ਟ੍ਰੈਂਡ ਚੱਲਦਾ ਪਿਆ ਨਿਊਜ਼ੀਲੈਂਡ ਇਹਦੇ ਵਾਸਤੇ ਬਹੁਤ ਹੀ ਅੱਛੀ ਫਾਈਲਿੰਗ ਹੋਣੀ ਚਾਹੀਦੀ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਡੇ ਜਿਹੜੇ ਪੇਪਰ ਤਿਆਰ ਹੋਣੇ ਚਾਹੀਦੇ ਨੇ ਅਤੇ ਤੁਸੀਂ ਜਿਹੜਾ ਆਪਣਾ ਜਿਹੜਾ ਮੈਂ ਤਾਂ ਇਹ ਕਹਾਂਗਾ ਕਿ ਤੁਸੀਂ ਇਹ ਚੀਜ਼ਾਂ ਜਿਹੜੀਆਂ ਨੇ ਖੁਦ ਅਪਲਾਈ ਕਰੋ ਖੁਦ ਜਿਹੜਾ ਹੈਗਾ ਤੁਸੀਂ ਇਸ ਫਾਈਲ ਨੂੰ ਤਿਆਰ ਕਰਕੇ ਖੁਦ ਜਿਹੜਾ ਤੁਸੀਂ ਅਪਲਾਈ ਕਰ ਸਕਦੇ ਹੋ ਔਨਲਾਈਨ ਦੋਸਤੋ ਅਤੇ ਮੈਂ ਜਿਹੜਾ ਬਹੁਤ ਹੀ ਫਿਨੋਮੀਨਲ ਰੇਟ ਦੇ ਵਿੱਚ ਤੁਹਾਡੀ ਇਹ ਫਾਈਲ ਜਿਹੜਾ ਰੈਡੀ ਵੀ ਕਰ ਦੇਵਾਂਗਾ ਅਗਰ ਤੁਸੀਂ ਸਿਰਫ ਆਪਣੀ ਜਿਹੜੀ ਇਹ ਫਾਈਲ ਰੈਡੀ ਕਰਾਉਣੀ ਆ ਜਿਹੜੇ ਡਾਕੂਮੈਂਟ ਨੇ ਉਹ ਤੁਸੀਂ ਮੇਰੇ ਕੋਲੋਂ ਖੁਦ ਬਣਵਾਉਣੇ ਨੇ ਮੈਂ ਤੁਹਾਡੇ ਸਿਰਫ ਡਾਕੂਮੈਂਟ ਵੀ ਬਣਵਾ ਕੇ ਦੇ ਦਾਂਗਾ ਬਾਕੀ ਸਾਰਾ ਕੰਮ ਜਿਹੜਾ ਹੈਗਾ ਉਹ ਤੁਸੀਂ ਜਿਹੜਾ ਖੁਦ ਕਰ ਸਕਦੇ ਹੋ ਜਿਹੜਾ ਫਾਈਲ ਚਾਰਜਿਸ ਹੈਗੇ ਨੇ ਦੋਸਤੋ ਉਹ ਸਿਰਫ 5,000 ਰੁਪਏ ਨੇ 5,000 ਦੇ ਵਿੱਚ ਮੈਂ ਤੁਹਾਡੀ ਪੂਰੀ ਫਾਈਲ ਤਿਆਰ ਕਰਕੇ ਤੁਹਾਨੂੰ ਦੇ ਦਾਂਗਾ
ठीक है जी, जिदे विच काफ़ी सारी चीज़ा लगदियां ने, तुहाडा कवर लैटर, तुहाडी आइटनरी, तुहाडा जिहड़ा हैगा एप्लीकेशन किवें फिल करनी मैं तुहानू वह भी दसांगा, ठीक है जी। और उहदे च तुसीं किहड़े इंपोर्टेंट पेपर ने होर लगाने ने मैं उहदे बारे भी दसांगा। और वैसे तो नॉर्मली जिहड़ा है वह वीज़ा जिहड़ा है वह दे रहा वा न्यूजीलैंड, बट रिजैक्शन भी आ रही है और होल्ड भी हो रहा है वीज़ा, दो दो महीने तक जिहड़ा वह वीज़ा नहीं भी आ रहा है, ठीक है जी। मैं तुहानू दसांगा कि तुहाडा जिहड़ा वीज़ा वह कितनी जल्दी आ सकता। भाई जी ए मैं इस करके थोड़े नाल वीडियो शेयर कर रहा कि काफ़ी लोग मेरे को आते हैं और जिहड़ा पुछते हैं भी की डॉक्यूमेंट लगने ने किवें कर सकते हैं, तो मैं सोचा कि क्यों ना मैं फिनोमिनल चार्जेस दे विच तुहाडे भरावां दा जिहड़ा वीज़ा अप्लाई करा और तुहानू मैं प्रोवाइड करावा कि भाई जिहड़ी चीज़ां तुसी बाहर इन्ने महंगे च कर रहे हो वह क्यों ना तुसी सस्ते दे विच और आराम नाल कर लो, ठीक है जी। आपां जिहड़े इहदे विच पेमेंट हैगी है दोस्तों वह मैं तुहाडे नाल 15,000 पहले लवांगा और 15,000-5,000 जिहड़ा वा वह मैं तुहाडे नाल बाद च लवांगा। अगर वीज़ा आ जाता है दोस्तों तो मैं तुहाडे कोल 5,000 रुपया लवांगा, अगर वीज़ा नहीं आता दोस्तों तो मैं तुहाडे कोल कोई चार्जेस नहीं लवांगा, 15 के 15 ही तुहाडे रहणगे, उस तो इलावा मैं तुहाडे कोल होर कोई चार्जेस नहीं लवांगा दोस्तों। अगर तुहाडा वीज़ा आ जाता तो 5,000 रुपये मैं होर लवांगा। और जिहड़ा भाई खाली फाइल तैयार करा रहा वा उसके वास्ते सिर्फ 5,000 रुपये ने, ठीक है जी। 5,000 दे विच मैं तुहाडी फाइल तैयार कर देवा, तुसी अपनी एम्बेसी फीस वगैरह खुद जिहड़ी है खुद भरनी है, सारा कुछ जिहड़ा है फाइलिंग वगैरह अप्लाई जिवें करना ऑनलाइन वह तुसी खुद करना, उस दे विच भी किते तुसी अटकदे हो उहदे विच भी मैं तुहाडी पूरी हैल्प करांगा कि भाई कित्थे की डॉक्यूमेंट लगाना है, कित्थे की भरना वा, यह चीज़ तुसी मेरे नाल फिल कर सकते हो, बट थोड़ी बहुत, यानी कि तुसी घर बैठो और सारी एप्लीकेशन खोलो और मैनू मेरे तो एक एक चीज़ पूछी जाओ कि भाई इत्थे की भरना या इत्थे की भरना, वह नहीं मैं करांगा। हाँ कोई एक अद्धी जगह पर तुसी अटक रहे होगे तो मैं तुहानू जिहड़ा है वह सजेस्ट कर दांगा भाई जी इत्थे काम कर लो, ठीक है जी। उस तो इलावा फाइल चार्जेस है, फाइल चार्ज मैं तुहानू पूरी फाइल बना के दे दांगा दोस्तों, वो तुसी जिहड़ा वो उहदे च जिहड़ा है अटैच कर दिओ। सो इस वीडियो दे विच इन्ना ही, होप उम्मीद करांगा कि भाई तुहानू ये वीडियो चंगा लगा होए, और चंगा लगा होए तो यार लाइक शेयर और कमेंट जरूर कर दिया करो और वेट करो नैक्सट वीडियो के वास्ते। आपां जिहड़ा है अगला ट्रैवल प्लैन कर रहे हो कित्थे दा है वह मैं अगली वीडियो के विच तुहाडे नाल शेयर करांगा दोस्तों, ठीक है जी। सो मिलने अगली वीडियो के रब राखा, शब्बा खैर, सत श्री अकाल जी।